ਸਾਰੀਆਂ ਕਰਦੇ ਹਾਂ, ਨਿਕਲਦੇ ਉਵੇਂ ਦੀ ਆ। ਜਦ ਤੱਕ ਆਡੀਅੰਸ ਦਾ ਰਿਸਪੋਂਸ ਨਹੀਂ ਆਉਂਦਾ ਉਦੋਂ ਤੱਕ ਸਾਡੀਆਂ ਫੀਲਿੰਗਾਂ ਦਬੀਆਂ ਹੀ ਰਹਿੰਦੀਆਂ ਨੇ। ਫਸਟ ਡੇ ਸਾਡੇ ਆਪਣੇ ਲੋਕ ਹੁੰਦੇ ਨੇ, ਉਹ ਕਹਿ ਦੇਣ ਬੱਲੇ ਬੱਲੇ ਬੱਲੇ, ਬਹੁਤ ਵਧੀਆ ਉਹਨਾਂ ਨੇ ਕਹਿਣਾ ਹੀ ਹੁੰਦਾ ਮੂੰਹ 'ਤੇ, ਕਿਉਂਕਿ ਆਪਦੇ ਬੁਲਾਏ ਹੁੰਦੇ ਆ, ਕੋਈ ਮਾੜਾ ਨਹੀਂ ਕਹਿੰਦਾ। ਅਸੀਂ ਲੋਕਾਂ ਲਈ ਬਣਾਈ ਆ, ਲੋਕ ਦੱਸਣਗੇ ਅਸੀਂ ਆਪਣੇ ਮੂੰਹੋਂ ਕੁਛ ਨਹੀਂ ਬੋਲ ਸਕਦੇ। ਬਟ ਮੇਰਾ ਇੰਨਾ ਤਜਰਬਾ ਹੋ ਗਿਆ, ਬਹੁਤ ਸਾਰੇ ਰਿਵਿਊਜ਼ ਦੇਖ ਕੇ ਫਸਟ ਡੇ ਵਾਲੇ ਜਿਹੜੇ ਤੁਸੀਂ ਪਾਉਣੇ ਵੀ ਲਿਖੇ 5 star 3 star, ਆਡੀਅੰਸ 'ਤੇ ਕੋਈ ਫਰਕ ਨਹੀਂ ਪੈਂਦਾ। ਆਡੀਅੰਸ ਇਹ ਗੱਲ ਬਾਰੇ ਕਹੂਗੀ ਕਿ ਹਾਂ ਯਾਰ ਤੁਸੀਂ ਆਪਣਾ ਕੰਮ ਕਰਕੇ ਤੁਸੀਂ ਨਵਾਂ ਕੁਛ ਲੈ ਕੇ ਆਏ। ਆਡੀਅੰਸ ਦੇ ਮੂੰਹੋਂ ਸੁਣਨਾ, ਅਸੀਂ ਆਪਣੇ ਮੂੰਹ ਕਹਿੰਦੇ ਚੰਗੇ ਨਹੀਂ ਲੱਗਦੇ। ਮੇਰੇ ਇਲਾਕੇ ਦੇ ਨਾਮ ਨਾਲ ਉਹ ਮੈਂ ਜਿਹੜਾ ਹੈਗਾ ਬਲੈਕੀਆ ਸ਼ਬਦ ਜਿਹੜਾ ਹੈਗਾ ਉਹ ਉੱਤਰ ਜੇ, ਉਹਦੇ ਲਈ ਬੰਦਾ ਬਾਕੀ ਫਿਲਮ ਦੇਖੋ, ਮੈਂ ਨਹੀਂ ਦੱਸਣਾ ਚਾਹੁੰਦਾ, ਹਾਲੇ ਲੋਕਾਂ ਨੂੰ ਦੇਖ ਲੈਣ ਦਿਓ। ਅਸੀਂ ਸ਼ਰੀਕ ਮੂਵੀ ਦਾ ਕੋਵਿਡ ਪੀਰੀਅਡ ਹੋ ਗਿਆ ਸੀਗਾ, ਜੂਨ ਜੁਲਾਈ ਦਾ ਮਹੀਨਾ ਸੀ, 3-4 ਮਹੀਨੇ ਮਿਲੇ ਨਹੀਂ ਸੀਗੇ, ਅਤੇ ਦੇਵ ਭਾਈ ਨੇ ਕਿਹਾ ਮਿਲ ਜਾਓ ਆ ਕੇ, ਪਟਿਆਲੇ ਗਿਆ, 2-3 ਘੰਟੇ ਗੱਪ ਸ਼ਪ ਹੋਈ। ਆਡੀਅੰਸ ਕੱਲ੍ਹ ਸਪੋਰਟ ਕਰੇ, ਜਲਦੀ ਹੀ 2025 ਜਾਂ 2026 ਜਿੱਦਾਂ ਦੇਵ ਭਾਈ, ਇਹ ਹੁਣ ਜ਼ਿਆਦਾ ਉਭਰ ਬਹੁਤ ਬਿਜ਼ੀ ਐਕਟਰ ਹੋ ਗਏ, ਜਿੱਦਾਂ ਡੇਟਾ ਦੇਣਗੇ ਉਸ ਹਿਸਾਬ ਨਾਲ 25 ਜਾਂ 26 ਦੇ ਵਿੱਚ ਜ਼ਰੂਰ ਬਣੂ। ਨੋਰਮਲੀ ਫੀਲਿੰਗ ਹੈ ਜਿਵੇਂ ਫਿਲਮਾਂ ਸਾਰੀਆਂ ਕਰਦੇ ਹਾਂ, ਨਿਕਲਦੇ ਉਵੇਂ ਦੀ ਆ। ਜਦ ਤੱਕ ਆਡੀਅੰਸ ਦਾ ਰਿਸਪੋਂਸ ਨਹੀਂ ਆਉਂਦਾ ਉਦੋਂ ਤੱਕ ਸਾਡੀਆਂ ਫੀਲਿੰਗਾਂ ਦਬੀਆਂ ਹੀ ਰਹਿੰਦੀਆਂ ਨੇ, ਫੀਲਿੰਗਾਂ ਖੁੱਲ੍ਹ ਕੇ ਨਹੀਂ ਆਉਂਦੀਆਂ, ਕਿਉਂਕਿ ਜਿਹੜੇ ਸ਼ੋਅਜ਼ ਅਸੀਂ ਰੱਖਦੇ ਹਾਂ ਫਸਟ ਡੇ ਸਾਡੇ ਆਪਣੇ ਲੋਕ ਹੁੰਦੇ ਨੇ, ਉਹ ਕਹਿ ਦੇਣ ਬੱਲੇ ਬੱਲੇ ਬੱਲੇ, ਬਹੁਤ ਵਧੀਆ ਉਹਨਾਂ ਨੇ ਕਹਿਣਾ ਹੀ ਹੁੰਦਾ ਮੂੰਹ 'ਤੇ, ਕਿਉਂਕਿ ਆਪਦੇ ਬੁਲਾਏ ਹੁੰਦੇ ਆ, ਕੋਈ ਮਾੜਾ ਨਹੀਂ ਕਹਿੰਦਾ। ਇਹ ਤਾਂ ਉਦੋਂ ਪਤਾ ਲੱਗੂਗਾ ਜਦੋਂ ਔਰਗੈਨਿਕ ਤੁਸੀਂ ਲੋਕਾਂ 'ਚ ਬੜੋਗੇ, ਫਿਲਮ ਅਸੀਂ ਲੋਕਾਂ ਲਈ ਬਣਾਈ ਆ, ਲੋਕ ਦੱਸਣਗੇ ਅਸੀਂ ਆਪਣੇ ਮੂੰਹੋਂ ਕੁਛ ਨਹੀਂ ਬੋਲ। ਸੋ ਸਾਡੀ ਜਿਹੜੀ ਇੱਕ ਪਹਿਲੀ ਵਾਰ ਦੇਖਣ ਦੀ ਐਕਸਾਈਟਮੈਂਟ ਹੁੰਦੀ ਆ, ਉਹ ਕੁਛ ਹੋਰ ਹੁੰਦੀ ਹੈ ਸਿਨੇਮੇ 'ਚ ਦੇਖਦੇ ਹਾਂ, ਐਕਸਾਈਟਮੈਂਟ ਹੋਰ ਹੁੰਦੀ ਹੈ। ਬਟ ਮੇਰਾ ਇੰਨਾ ਤਜਰਬਾ ਹੋ ਗਿਆ, ਬਹੁਤ ਸਾਰੇ ਰਿਵਿਊਜ਼ ਦੇਖ ਕੇ ਫਸਟ ਡੇ ਵਾਲੇ ਜਿਹੜੇ ਤੁਸੀਂ ਪਾਉਣੇ ਵੀ ਲਿਖੇ 5 star 3 star, ਆਡੀਅੰਸ 'ਤੇ ਕੋਈ ਫਰਕ ਨਹੀਂ ਪੈਂਦਾ। ਆਡੀਅੰਸ ਜਿਹੜਾ ਸਿਨੇਮਾ ਉਹਨੇ ਸੋਚਿਆ ਹੁੰਦਾ ਉਹੀ ਦੇਖਣ ਜਾਂਦੀ ਹੈ, ਇਹ ਗੱਲ ਸੱਚ ਹੈ, ਮੰਨਣੀ ਪਊਗੀ ਸਾਨੂੰ। ਮੈਂ ਉਦੋਂ ਤੱਕ ਮੰਨੂੰਗਾ ਜਿਹੜੀ ਗੱਲ ਦਾ ਤੁਹਾਡੀ ਦਾ ਜਵਾਬ ਹੈ, ਜਦੋਂ ਆਡੀਅੰਸ ਇਹ ਗੱਲ ਬਾਰੇ ਕਹੂਗੀ ਕਿ ਹਾਂ ਯਾਰ ਤੁਸੀਂ ਆਪਣਾ ਕੰਮ ਕਰਕੇ ਤੁਸੀਂ ਨਵਾਂ ਕੁਛ ਲੈ ਕੇ ਆਏ ਹੋ। ਆਡੀਅੰਸ ਦੇ ਮੂੰਹੋਂ ਸੁਣਨਾ, ਅਸੀਂ ਆਪਣੇ ਮੂੰਹ ਕਹਿੰਦੇ ਚੰਗੇ ਨਹੀਂ ਲੱਗਦੇ, ਕਿਉਂਕਿ ਸਿਨੇਮਾ ਆਲਵੇਜ਼ ਆਡੀਅੰਸ ਲਈ ਬਣਾਇਆ ਜਾਂਦਾ, ਔਰ ਅਸੀਂ ਕੱਲ੍ਹ ਤੱਕ ਦੀ ਵੇਟ ਕਰਾਂਗੇ ਇਸ ਸਵਾਲ ਦਾ ਜਵਾਬ। ਭਾਅ ਜੀ ਇੱਕ ਨਾ ਜਾਦੂ ਦੇਖਿਆ ਤੁਹਾਡੀ ਫਿਲਮ ਦੇ ਵਿੱਚ ਮੈਂ, ਕਿ ਭਾਅ ਜੀ ਦਾ ਜਿਹੜਾ ਕਰੈਕਟਰ ਆ ਜਾਂ ਤੁਹਾਡਾ ਜਿਹੜਾ ਕਰੈਕਟਰ ਆ, ਜਵਾਨ ਦੇ ਵਿੱਚ ਲੰਬੇ ਲੰਬੇ ਵਾਲ ਨੇ, ਔਰ ਜਿਹੜਾ ਗਾਮੇ ਦੇ ਵਿੱਚ ਜਦੋਂ ਦਾੜੀ ਆ ਜਾਂਦੀ MLA ਬਣ ਜਾਂਦਾ, ਉਹ ਦਰਦ ਲੋਕਾਂ ਲਈ, ਔਰ ਮੈਂ ਭਾਅ ਜੀ ਬਾਰੇ ਵੀ ਜਿਵੇਂ ਕਰ ਚੁੱਕਿਆ ਨਾ ਮੈਜਿਕ ਲੱਗਿਆ ਮੈਨੂੰ ਤਾਂ, ਹੈ ਨਾ ਇਹ ਮੈਜਿਕ ਤੁਸੀਂ ਮਹਿਸੂਸ ਕੀਤਾ ਆ ਵੀ ਜਿਵੇਂ ਬਦਲ ਜਾਂਦੀਆਂ ਨੇ ਚੀਜ਼ਾਂ, ਜਾਂ ਅਖੀਰ ਦੇ ਵਿੱਚ ਭਾਅ ਜੀ ਦਾ ਜਿਹੜਾ ਕਿਰਦਾਰ ਜਮਾਂ ਬਦਲ ਗਿਆ? ਇਹ ਵੀਰੇ ਬਹੁਤ ਸਾਰੇ ਬੰਦਿਆਂ ਦਾ ਹੱਥ ਹੁੰਦਾ, ਇਕੱਲਾ ਮੈਂ ਨਹੀਂ ਕਰਦਾ, ਇਹਦੇ ਵਿੱਚ ਮੇਰੇ ਥੀਏਟਰ ਦਾ ਵੀ ਹੱਥ ਆ, ਜੋ ਮੈਂ ਥੀਏਟਰ 'ਤੇ ਕਰਕੇ ਆਇਆ, ਸ਼ੈਮਲੋ ਭਾਅ ਜੀ ਵਰਗੇ ਮੇਰੇ ਗੁਰੂ ਰਹੇ ਨੇ, ਅਜੇ ਸ਼ਰਮਾ ਭਾਅ ਜੀ ਮੇਰੇ 2 ਗੁਰੂ ਦਾ ਫਿਲਮ ਦੇ ਵਿੱਚ ਹੀ ਸੀਗੇ, ਅਜੇ ਸ਼ਰਮਾ ਭਾਅ ਜੀ ਅਤੇ ਸ਼ੈਮਲ ਜਵਾਨ, ਫਿਰ ਮੇਰੇ ਡਾਇਰੈਕਟਰ ਖੜੇ ਨੇ ਜਿਨ੍ਹਾਂ ਨੇ ਇੰਨਾ ਕੰਮ ਕਰ ਲਿਆ, ਤਾਂ ਫਿਰ ਅਸੀਂ ਆਪਸ 'ਚ ਸਲਾਹ ਕਰਕੇ ਭਾਅ ਜੀ ਇਹ 'ਚ ਇਹ ਚਾਹੀਦਾ, ਜਾਂ ਡੱਬਿੰਗ ਦੇ ਵਿੱਚ ਭਾਅ ਜੀ ਮੈਂ ਆਵਾਜ਼ ਚੇਂਜ ਕਰਨੀ ਆ, ਬਦਲਣੀ ਆ ਤਿੰਨਾਂ ਕਰੈਕਟਰਾਂ ਨਾਲ, ਇਹ ਮਿਲ ਜੁਲ ਕੇ ਮੈਂ ਸਾਰੀ ਟੀਮ ਨੂੰ ਕ੍ਰੈਡਿਟ ਦਿੰਦਾ, ਮੇਰੇ ਇਕੱਲੇ ਦਾ ਨਹੀਂ ਹੈਗਾ, ਟੀਮ ਕੰਮ ਲੈਂਦੀ ਆ, ਡਾਇਰੈਕਟਰ ਕੰਮ ਲੈਂਦਾ ਦੋਤੋਂ, ਜਦੋਂ ਬਿੱਲਾ ਕਰਦਾ ਸੀ ਤਾਂ ਮੈਨੂੰ ਇਹ ਲੱਗਦਾ ਸੀ ਕਿਤੇ ਮੈਂ ਓਵਰ ਨਾ ਹੋ ਜਾਂ ਕਿਤੇ, ਸੋ ਮੇਰੇ ਡਾਇਰੈਕਟਰ ਨੇ ਬਹੁਤ ਕੰਟਰੋਲਡ ਕੰਮ ਮੇਰੇ ਤੋਂ ਕਰਾਇਆ, ਸੋ ਮੇਰੀ ਸਾਰੀ ਟੀਮ ਦਾ ਥੈਂਕਸ। ਫਿਲਮ ਕਦੇ ਕਿਸੇ ਇੱਕ ਬੰਦੇ ਕਰਕੇ ਨਹੀਂ ਚੱਲਦੀ, ਪੂਰੀ ਟੀਮ ਕਰਕੇ ਚੱਲਦੀ ਆ, ਉਹਦੇ ਵਿੱਚ ਬੈਕਗ੍ਰਾਉਂਡ ਮਿਊਜ਼ਿਕ ਵਾਲੇ ਦਾ ਬਹੁਤ ਵਧੀਆ ਹੱਥ ਹੁੰਦਾ, ਜਿਹਨੇ ਉਹਦੀ ਕਲਰ ਕਰੈਕਸ਼ਨ ਕੀਤੀ ਹੁੰਦੀ ਹੈ, ਜਿਹਨੇ ਫਿਲਮਾਇਆ ਹੁੰਦਾ, ਡਾਇਰੈਕਟਰ ਹਨਾ ਮੇਨ ਕੈਪਟਨ ਹੁੰਦਾ, ਔਰ ਸਾਰੇ ਇਕੱਲੇ ਇਕੱਲੇ ਕਿਰਦਾਰ ਕਰਕੇ ਸੈਮਲ ਭਾਜੀ ਨੇ ਇੰਨਾ ਸੋਹਣਾ ਕੰਮ ਕੀਤਾ, ਰਾਜ ਚੇਂਜਰ ਨੇ, ਲੱਕੀ ਧਾਲੀ ਵਾਲ ਨੇ, ਜੱਗੀ ਧੂਰੀ ਨੇ, ਆਰੂਸ਼ੀ ਹੋਣ, ਚਾਹੇ ਜਪਜੀ ਖਹਿਰਾ ਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ, ਸਾਰੇ ਕਰਕੇ ਫਿਲਮ ਟੋਟੈਲਿਟੀ ਚੱਲਦੀ ਹੈ।
ਇੰਦਰਪਾਲ ਨੇ ਐਜ਼ ਅ ਸਕ੍ਰੀਨ ਪਲੇ ਡਾਇਲੌਗ, ਫਿਰ ਆਪਣੇ ਨਾਲ ਇੱਥੇ ਗੁਰਪ੍ਰੀਤ ਸਿੰਘ ਜੀ ਖੜਾ ਹੈ ਐਡੀਸ਼ਨਲ ਡਾਇਲੌਗ, ਮਤਲਬ ਇਹ ਐਜ਼ ਅ ਟੀਮ ਐਫਰਟ ਹੈਗਾ। ਮਤਲਬ ਡਾਇਰੈਕਟਰ ਸਾਹਿਬ, ਇਹਨਾਂ ਦੇ ਫਾਦਰ ਹਰਮੀਤ ਜੀ ਜਾਂ ਇਹਨਾਂ ਦੇ ਬ੍ਰਦਰ ਮਨੂ ਜੀ, ਮਤਲਬ ਹਰ ਟੈਕਨੀਕਲ ਟੀਮ ਦਾ ਵੀ ਬਹੁਤ ਰਿਸਪੈਕਟ ਹੈਗਾ। ਐਕਟਰ ਨੇ ਆਪਣੇ ਆਪਣੇ ਕਿਰਦਾਰ ਨਿਭਾਏ, ਔਰ ਜਿਹੜਾ ਬੈਕ ਆਫ ਦੀ ਕੈਮਰਾ ਟੈਕਨੀਕਲ ਟੀਮ ਹੈ, ਉਹਨਾਂ ਨੇ ਵੀ ਆਪਣਾ ਖੂਬ ਰੋਲ ਵਧੀਆ ਨਿਭਾਇਆ, ਜਿਹਦੇ ਕਰਕੇ ਫਿਲਮ ਨਿਖਰ ਕੇ ਬਾਹਰ ਆਈ। ਮੈਸੇਜ ਵਧੀਆ, ਪੋਜ਼ਿਟਿਵ ਹੈ, ਐਂਡ 'ਚ ਬੰਦਾ ਚਾਹੁੰਦਾ ਹੀ ਹੈ ਕਿ ਮੇਰੇ ਇਲਾਕੇ ਦੇ ਨਾਮ ਨਾਲ ਉਹ ਮੈਂ ਜਿਹੜਾ ਹੈਗਾ ਬਲੈਕੀਆ ਸ਼ਬਦ ਜਿਹੜਾ ਹੈਗਾ ਉਹ ਉੱਤਰ ਜੇ ਉਹਦੇ ਲਈ ਬੰਦਾ। ਬਾਕੀ ਫਿਲਮ ਦੇਖੋ, ਮੈਂ ਨਹੀਂ ਦੱਸਣਾ ਚਾਹੁੰਦਾ, ਹਲੇ ਲੋਕਾਂ ਨੂੰ ਦੇਖ ਲੈਣ ਦਿਉ। ਆਹ ਮੈਸੇਜ ਹੈਗਾ, ਤੁਹਾਨੂੰ ਪਸੰਦ ਆਇਆ, ਤੁਹਾਡਾ ਸਾਰਿਆਂ ਦਾ ਥੈਂਕਸ, ਧੰਨਵਾਦ ਵੀਰੇ। ਕਿਤਾਬ ਹੈ ਵੀਰੇ, ਇਹਦੇ ਕੋਈ ਅਗਲੀ ਫਿਲਮ ਕਰਾਂਗੇ। ਔਰ ਸੁੱਖੀ ਭਾਜੀ ਨੇ ਕਿੱਧਰ ਗਏ? ਸੁੱਖੀ ਭਾਜੀ, ਸੁੱਖੀ ਭਾਜੀ ਨੇ ਮੈਨੂੰ ਛੋਟੀ ਜਿਹੀ ਕਹਾਣੀ ਸੁਣਾਈ ਸੀ, ਤਾਂ ਮੈਂ ਇਹਨਾਂ ਨੂੰ ਕਿਹਾ ਮੈਨੂੰ ਬੁੱਕ ਚਾਹੀਦੀ ਆ, ਉਹ ਮੈਨੂੰ ਅੱਜ ਬੁੱਕ ਲੈ ਕੇ ਲਿਆ। ਕੋਈ ਸਭ ਤੁਹਾਡੇ ਤੇ ਸਵਾਲ ਹੈ ਕਿ ਫਿਲਮ ਦੇ ਉੱਤੇ ਜਿਹੜਾ ਸਭ ਤੋਂ ਪਹਿਲਾ ਭਰੋਸਾ ਜਿਤਾਉਂਦਾ ਉਹ ਮੇਰੇ ਖਿਆਲ ਪ੍ਰੋਡਿਊਸਰ ਜਿਤਾਉਂਦਾ, ਤਾਂ ਉਹ ਭਰੋਸਾ ਤੁਹਾਡੇ ਹਿਸਾਬ ਨਾਲ ਕਿਹੜਾ ਕਿਹੜੀ ਚੀਜ਼ ਹੈ ਜਿਹੜਾ ਤੁਹਾਨੂੰ ਭਰੋਸਾ ਜਿਤਾਉਣ ਦੇ ਉੱਤੇ ਕਾਮਯਾਬ ਕਰਦੇ ਗਿਆ? ਸ਼ਰੀਕ, ਮੈਂ ਦੱਸਦਾ ਇਹਦਾ ਸਵਾਲ ਦਾ ਆਨਸਰ ਮੈਂ ਦਿੰਦਾ। ਅਸੀਂ ਸ਼ਰੀਕ ਮੂਵੀ ਦਾ ਕੋਵਿਡ ਪੀਰੀਅਡ ਹੋ ਗਿਆ ਸੀਗਾ, ਜੂਨ ਜੁਲਾਈ ਦਾ ਮਹੀਨਾ ਸੀ, 3-4 ਮਹੀਨੇ ਮਿਲੇ ਨਹੀਂ ਸੀਗੇ, ਅਤੇ ਦੇਵ ਭਾਈ ਨੇ ਕਿਹਾ ਮਿਲ ਜਾਓ ਆ ਕੇ। ਪਟਿਆਲੇ ਗਏ, 2-3 ਘੰਟੇ ਗੱਪਸ਼ਪ ਹੋਈ, ਇਹਨਾਂ ਨੇ ਆਈਡੀਆ ਸੁਣਾਇਆ, ਹੋਰ ਵੀ ਅਸੀਂ ਆਈਡੀਆ ਸੁਣ ਰਹੇ ਸੀ, ਬਲੈਕਿਆ ਕਰਨੀ ਸੀਗੀ, ਬਟ ਇਹਨਾਂ ਨੇ ਆਈਡੀਆ ਸੁਣਾਇਆ ਜਿਹੜੇ 3 ਸ਼ੇਡ ਦੇਵ ਫਰੋਡ ਦੇ ਰੋਲ ਦੇ ਨੇ। ਮੈਨੂੰ ਲੱਗਿਆ ਯਾਰ ਇਹ ਕਹਾਣੀ ਪੰਜਾਬ ਦੇ ਵਿੱਚ ਅੱਜ ਤੱਕ ਬਣੀ ਨਹੀਂ ਹੈਗੀ, ਉੱਥੋਂ ਬੀਪ ਹੋਇਆ ਗਿਆ, ਮਤਲਬ ਬਲੈਕਿਆ 2 ਦਾ। ਉਸ ਤੋਂ ਬਾਅਦ ਟੀਮ ਜੁੜਦੀ ਗਈ, ਨਵਨੀਤ ਜੀ ਜੁੜੇ, ਅਦਰ ਰਾਈਟਰ ਜੁੜੇ, ਸਾਰੀ ਟੀਮ ਬਣਦੀ ਗਈ, ਟੈਕਨੀਕਲ ਟੀਮ ਬਣੀ ਗਈ। ਸਭ ਤੋਂ ਭਰੋਸਾ ਦੇਵ ਫਰੋਡ ਨੇ, ਔਰ ਜਿੱਦਾਂ ਦਾ ਇਹਨਾਂ ਨੇ ਕਿਰਦਾਰ ਸ਼ੇਡ ਨਿਭਾਇਆ, ਉਹ ਇੱਕ ਐਕਟਰ ਹੀ ਨਿਭਾ ਸਕਦਾ, ਕੋਈ ਆਮ ਬੰਦਾ ਨਹੀਂ ਨਿਭਾ ਸਕਦਾ। ਆਡੀਅੰਸ ਕੱਲ ਸਪੋਰਟ ਕਰੇ, ਜਲਦੀ ਹੀ 2025 ਜਾਂ 2026 ਜਿੱਦਾਂ ਦੇਵ ਭਾਈ, ਇਹ ਹੁਣ ਜ਼ਿਆਦਾ ਉਮਰ ਬਹੁਤ ਬਿਜ਼ੀ ਐਕਟਰ ਹੋ ਗਏ, ਜਿੱਦਾਂ ਡੇਟਾ ਦੇਣਗੇ ਉਸ ਹਿਸਾਬ ਨਾਲ 25 ਜਾਂ 26 ਦੇ ਵਿੱਚ ਜ਼ਰੂਰ ਬਣੂ।